हे प्राणनाथ गोविंद कृपा निदान जगद गुरु, हे संसार ताप हरण है करुणा मैं सब दुख हरो हो। हे शरण योग दयाल है दीना नाथ मया करहो। शरीर स्वस्थ खीण समय सिमरंत नानक राम दामोदर माधव है। कृपा करो दीन के दाते मेरा गुण अवगुण ना विचारो कोई। माटी का क्या धूप है स्वामी, मानस की गत यही। भाग ठड़े हर संत तुम्हारे, जिन घर धन हर नामा। परवान गणी से एह आए, सफल तिना के कामा। सा मत देहो दयाल प्रभ, जित तुम्हें अराधा। नानक मंगे दान प्रभ, रीन पाग सादा। बेसुमार अथाह अगणत अतुल, ज्यों बुलावो त्यों नानक दास बोले। सगल द्वार को छाड़ के गह्यो तुहारो द्वार, बाहे गहे की लाज आस। गोविंद दास तुहार, एक ओंकार सतगुर प्रसाद। श्री वाहिगुरु जी की फतेह। जाप श्री मुखवाक पातशाही दसवीं छपै छंद तो प्रसाद। चक्कर चिहन अर वर्ण जात, अर पात नहन जेहे। रूप रंग अर रेख भेख, को कह ना सकत केहे। अचल मूरत अनभव प्रकाश, अमित तोज कहिजै। कोट इंदर इंद्राण, साहे साहान गणिजै। त्रिपवन महीप
ਸੁਰ ਨਰ ਅਸੁਰ ਨੇਤ ਨੇਤ ਮਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਮਨ ਕਰਮ ਨਾਮ ਵਰਣਤ ਸੁਮਤ ਪਦਦ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਪਰ ਪਰਮ ਪੂਜਨੀਕ ਮਹਾਂਪੁਰਸ਼ ਧੰਨ ਬਾਬਾ ਜਵਾਹਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੇ ਪਵਿੱਤਰ ਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਖਸ਼ਿਸ਼ ਕਰਕੇ ਦਿੱਤੀ ਹੈ। ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਔਰ ਸੰਤਾਂ ਦੀ ਅਗਵਾਈ ਦੇ ਵਿੱਚ ਸਤਿਗੁਰੂ ਜੀ ਦੀ ਗੁਰਬਾਣੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦੋਵੇਂ ਸਮੇਂ ਗੁਰਬਾਣੀ ਦੀ ਕਥਾ ਇਤਿਹਾਸ ਦੀ ਕਥਾ ਔਰ ਹਰ ਸੰਗਰਾਂਦ 'ਤੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਅੰਦਰ ਦੀਵਾਨ ਸਜਦੇ ਹਨ। ਸੋ ਬਾਬਾ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਗੁਰਮਤ ਦੇ ਪ੍ਰਚਾਰ ਵਾਸਤੇ ਜਾਪ ਸਾਹਿਬ ਦੀ ਪਵਿੱਤਰ ਕਥਾ ਇਸ ਸਥਾਨ 'ਤੇ ਆਰੰਭ ਕੀਤੀ ਜਾਵੇ ਤਾਂ ਕਰਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਜਾ ਰਹੀ ਹੈ। ਆਓ ਬੜੇ ਪ੍ਰੇਮ ਦੇ ਨਾਲ ਸਾਹਿਬ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼੍ਰੀ ਮੁੱਖ ਵਾਕ ਬਾਣੀ ਪਵਿੱਤਰ ਬਾਣੀ ਦੀ ਕਥਾ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਕੀਤਾ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਨੇ ਇਹ ਆਪਣੀ ਦਸ਼ਮ ਦੀ ਪਵਿੱਤਰ ਬਾਣੀ ਕਿਉਂ ਰਚੀ, ਜਦੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਾਜ਼ਰ ਸੀ, ਵੱਡੇ ਸਤਿਗੁਰਾਂ ਦੀ ਬਾਣੀ ਹਾਜ਼ਰ ਸੀ। ਦਸ਼ਮ ਦੀ ਬਾਣੀ ਕਿਉਂ ਰਚੀ ਗਈ? ਜਥੇਬੰਦੀ ਅੰਦਰ ਜਾਂ ਦਸ਼ਮ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਪ੍ਰਣਾਲੀ ਅੰਦਰ ਇਹ ਉਥਾਨਕਾ ਦੱਸੀ ਜਾਂਦੀ ਹੈ, ਸਮੁੱਚੇ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਦੀ, ਕਿ ਦੀਨਾਨਾਥ ਨਿਮਾਣਿਆਂ ਦੇ ਮਾਣ ਸ਼ਰਨਾਇਆਂ ਦੀ ਲਾਜ ਰੱਖਣ ਵਾਲੇ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ। ਖਾਲਸੇ ਦੇ
ਸਿੱਖ ਸੰਗਤਾਂ ਨੇ ਤੇ ਸਤਿਗੁਰੂ ਜੀ ਦੇ ਹਜ਼ੂਰੀ ਕਵੀ 52 ਕਵੀਆਂ ਨੇ, ਕਵੀ ਭਾਈ ਧੰਨਾ ਸਿੰਘ ਜੀ ਜਾਂ ਚੰਦਨ ਕਵੀ ਵਰਗੇ ਮਹਾਨ ਵਿਦਵਾਨ, ਇਹਨਾਂ ਵੱਲੋਂ ਖਾਲਸੇ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਕੋਈ ਐਸੀ ਬਾਣੀ ਰਚੋ ਜਿਹੜੀ ਸ਼ਾਂਤ ਰੂਪ ਵੀ ਹੋਵੇ, ਰਜੋਗੁਣ ਰੂਪ ਵੀ ਹੋਵੇ, ਅਤੇ ਮਾਫ ਕਰਨਾ ਤਮੋਗੁਣ ਰੂਪ ਵੀ ਹੋਵੇ। ਸਤਿਗੁਰੂ ਜੀ ਨੇ ਖਾਲਸੇ ਦੀ ਬੇਨਤੀ ਸੁਣੀ ਕਿ ਐਸੀ ਬਾਣੀ ਹੋਵੇ ਕਿ ਧਰਮ ਯੁੱਧ ਦਾ ਸਮਾਂ ਹੈ, ਵੀਰ ਰਸ ਦਾ ਚਾਅ ਪੈਦਾ ਹੋਵੇ ਅਤੇ ਨਾਲ ਪਰਿਵਾਰ ਦਾ ਮੋਹ ਵੀ ਟੁੱਟੇ, ਕਿਉਂ ਇਸਤਰੀ ਪੁੱਤਰ ਆਦਿਕ ਦਾ ਮੋਹ ਧਰਮ ਯੁੱਧ ਕਰਨ ਵਾਸਤੇ ਬੜਾ ਵੱਡਾ ਪ੍ਰਤੀਬੰਧਕ ਆ, ਇਹ ਇਸ ਪਾਸੇ ਤੁਰ ਨਹੀਂ ਦਿੰਦਾ। ਜਿਹਨੂੰ ਪਰਿਵਾਰ ਦੀ ਯਾਦ ਆ ਗਈ ਉਹਨੇ ਧਰਮ ਦੇ ਯੁੱਧ 'ਚ ਨਹੀਂ ਕਰੀ ਜਾਣਾ, ਉਹ ਮੋਹ ਦੇ ਵਿੱਚ ਪੈ ਜਾਂਦਾ ਹੈ। ਅਜੇ ਇਹ ਵਿਚਾਰ ਚੱਲਦੀ ਪਈ ਸੀ ਕਿ ਕਾਂਸ਼ੀ ਰਾਮ ਪੰਡਿਤ, ਕਾਂਸ਼ੀ ਦੇ ਰਹਿਣ ਵਾਲਾ ਵਿਦਵਾਨ, ਜਿਸ ਨੇ ਇਹ ਸੁਣਿਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਈਸ਼ਵਰ ਦਾ, ਵਾਹਿਗੁਰੂ ਦਾ ਸਾਕਸ਼ਾਤ ਰੂਪ ਨੇ, ਪ੍ਰਤੱਖ ਜ਼ਾਹਰ ਕਲਾ ਨੇ, ਆਪ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਰੂਪ ਨੇ, ਇਹ ਉਸਤਤ ਸੁਣ ਕੇ ਉਹਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ ਸੀ ਕਿ ਜੇ ਸੱਚੇ ਪਾਤਸ਼ਾਹ ਵਾਕਿਆ ਹੀ ਐਸੇ ਨੇ ਜਿੱਦਾਂ ਦੇ ਸੁਣੇ ਨੇ ਤਾਂ ਮੇਰੀ ਇੱਛਾ ਪੂਰੀ ਕਰਨ। ਜਿਹੜਾ ਧਾਰਮਿਕ ਗ੍ਰੰਥਾਂ ਵਿੱਚ ਚਤੁਰਭੁਜ ਰੂਪ ਵਰਣਨ ਕੀਤਾ ਹੈ ਉਸ ਪੁਰਾਤਨ ਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ ਅਤੇ ਕੋਈ ਉੱਤਮ ਫਲ ਜੋ ਉਹਨਾਂ ਦੀ ਹਜ਼ੂਰੀ ਵਿੱਚ ਸੰਗਤ ਨੇ ਚੜ੍ਹਾਇਆ ਹੋਵੇ ਉਹ ਵੀ ਦੇਣ। ਫਿਰ ਮੈਂ ਮੰਨਾਂਗਾ ਕਿ ਵਾਕਿਆ ਹੀ ਉਹ ਜ਼ਾਹਰ ਕਲਾ ਨੇ, ਈਸ਼ਵਰ ਦੀ ਪਰਮੇਸ਼ਰ ਦੀ ਪ੍ਰਤੱਖ ਰੂਪ ਨੇ ਵਾਹਿਗੁਰੂ ਦਾ। ਇਹ ਇੱਛਾ ਧਾਰ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ। ਅੱਗੇ ਖਾਲਸੇ ਦਾ ਦਰਬਾਰ ਲੱਗਾ ਹੈ ਅਤੇ ਬਾਣੀ ਬਾਰੇ ਬੇਨਤੀ ਕਰ ਰਹੇ ਨੇ। ਸਤਿਗੁਰੂ ਜੀ ਨੇ ਇਹਦੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਤਰਸ ਕੀਤਾ, ਰਹਿਮਤ ਕੀਤੀ, ਕਿਰਪਾ ਕੀਤੀ, ਮਿਹਰ ਦੇ ਘਰ 'ਚ ਆਏ। ਇਸ ਬ੍ਰਾਹਮਣ ਦੀ ਇੱਛਾ ਪੂਰਤੀ ਵਾਸਤੇ ਚਤੁਰਭੁਜ ਰੂਪ ਦੇ ਵਿੱਚ ਦਰਸ਼ਨ ਦਿੱਤੇ, ਜੋ ਪੁਰਾਣਾ ਰੂਪ ਭਗਵਾਨ ਦਾ ਮੰਨਿਆ ਗਿਆ ਹੈ, ਗ੍ਰੰਥਾਂ ਦੇ ਵਿੱਚ ਚਿਤਰਿਆ ਗਿਆ ਹੈ, ਸਰਗੁਣ ਰੂਪ 'ਚ ਦਰਸ਼ਨ ਦਿੱਤੇ। ਬਾਕੀ ਸਾਰੇ ਖਾਲਸੇ ਨੂੰ ਉਸੇ ਤਰ੍ਹਾਂ ਹੀ ਦਰਸ਼ਨ ਹੋਣ ਜਿੱਦਾਂ ਪਹਿਲਾਂ ਬੈਠੇ ਤੇ, ਪਰ ਇਸ ਬ੍ਰਾਹਮਣ ਨੂੰ ਚਤੁਰਭੁਜ ਰੂਪ 'ਚ ਦਰਸ਼ਨ ਹੋਏ। ਇੰਨੇ ਚਿਰ ਨੂੰ ਕਾਬਲ ਦੀ ਸੰਗਤ ਆਈ, ਉਹਨਾਂ ਨੇ ਬੜੇ ਬੇਸ਼ਕੀਮਤੀ ਪਦਾਰਥ ਸੱਚੇ ਪਾਤਸ਼ਾਹ ਨੂੰ ਭੇਟ ਕੀਤੇ। ਉਹਨਾਂ ਪਦਾਰਥਾਂ ਦੇ ਵਿੱਚੋਂ ਇੱਕ ਉੱਤਮ ਫਲ ਲੈ ਕੇ ਮਹਾਰਾਜ ਨੇ ਪੰਡਿਤ ਜੀ ਨੂੰ ਇਸ਼ਾਰਾ ਕੀਤਾ ਵੀ ਹੱਥ ਅੱਗੇ ਕਰ, ਅਤੇ ਉਸ ਪੰਡਿਤ ਕਾਂਸ਼ੀ ਰਾਮ ਨੂੰ ਦੇ ਦਿੱਤਾ। ਪੰਡਿਤ ਵਿਰਾਗ ਦੇ ਵਿੱਚ ਆ ਗਿਆ ਕਿ ਇੱਥੇ ਤੇ ਸੋਚਣ ਤੋਂ ਪਹਿਲਾਂ ਹੀ ਸਭ ਕੁਝ ਜਾਣਦੇ, ਮੇਰ ਬੋਲਿਆਂ ਸਭ ਕੁਝ ਜਾਣਦਾ, ਐਸੀ ਸਮਰੱਥਾ ਦੇ ਮਾਲਕ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੰਨਾ ਚਿਰ ਤੁਹਾਡਾ ਸਰੀਰ ਰਹੇਗਾ ਉਹਨਾਂ ਚਿਰ ਭੋਗ ਮੋਖ ਸ਼ਾਂਤੀ ਮਿਲਦੀ ਰਹੇਗੀ, ਪਰ ਜਿੱਦਣ ਇਹ ਸਰੀਰ ਨਾ ਰਿਹਾ ਕੁਝ ਉਦਣ ਦਾ ਵੀ ਪਰਉਪਕਾਰ ਕਰੋ, ਉਪਰਾਲਾ ਕਰੋ, ਕੁਝ ਐਸੀ ਬਾਣੀ ਉਚਾਰਨ ਕਰੋ
कि आप जी दे शरीर तो बाद भी तो हड्डियां सिख संगतां दा भला हुंदा रहे। तां सतगुरु जी ने पंडित जी नूं आख्या कि तुहाडे तो पहला सिखां ने बेनती कीती है ते उत्ते विचार चलदी पई है, पर पंडित जी शांति भोग मोख ये तां धन गुरु ग्रंथ साहिब दी बाणी दिंदी है, जो मंगोगे मिलेगा, पर पढ़नी गुरबाणी पवेगी। ते महापुरुष दसदे ने, गुरबाणी दसदी है, संत दसदे ने भी करनी सेवा पवेगी। पर हुण समा है युद्धां दा, धर्म युद्ध चलदे पए ने, जबर जुल्म दे खिलाफ लड़ाई चल रही। इस करके सानू खालसे ने बेनती कीती है कि ऐसी बाणी उचारण करो कि जिहड़े हिंदुस्तान दे लोक ने ना कायर हो चुके ने, बुजदल हो चुके ने, इन्हां विच वीर रस भरिया जावे ते जबर जुल्म दे खिलाफ ही उठन बोलन यतन करन। ये खालसे दी ते पंडित कांशी राम दी बेनती नूं मन के फिर सतगुरां ने तीन तरह की बाणी उचारण की। पहली सतो गुणी, जिन्हों श्री मुख वाक कहिंदे, जिहड़ी ब्रह्म ज्ञान देण वाली है, वाहिगुरु नाल मिलाउण वाली है, वह की है? श्री जाप साहब, श्री अकाल उस्तत। दूसरी बाणी महाराज ने उचारण की है वीर रसी, 24 अवतार ने, विचित्र नाटक है, जिहड़ी वीर रस पैदा करती है, धर्म युद्ध का चा पैदा करती है, ते दसती है कि अब जूझन को दाओ, ते प्रेरणा दिंदी है, धन जियो तेह को जग मैं मुख ते हर चित मैं जुत विचार। ते तीसरी बाणी है रजोगुणी, वो केड़ी है? चरित्र, इस्त्री दा मोह ना रवे, परिवार दा मोह ना रवे। ये तीन तरह की बाणी पूरे दसम ग्रंथ दे विच आउंदी, जिहदे विचों सिक्ख्या चरित्रां तो मिलदी है, वीर रस दा चा विचित्र नाटक चंडी दी वार चंडी चरित्र तो पैदा हुंदा है, 24 अवतारां तो सिक्ख्या प्राप्त हुंदी है, ते सिमरन भगती ते नित दे जाप वास्ते श्री अकाल उस्तर जाप साहब ते विचित्र नाटक वर्गियां पवित्र बाणियां ने वाहिगुरु नाल मिलाउण वालियां। ਤਾਂ ਇਹ ਬੇਨਤੀ ਮੰਨ ਕੇ ਸ੍ਰੀ ਦਸਮ ਗ੍ਰੰਥ ਦੀ ਖਾਲਸੇ ਦੀ ਬੇਨਤੀ, ਹੋਰ ਸਿੱਖ ਸੰਗਤਾਂ ਦੀ ਬੇਨਤੀ, ਪੰਡਿਤ ਕਾਂਸ਼ੀ ਰਾਮ ਦੀ ਬੇਨਤੀ ਨੂੰ ਮੰਨ ਕੇ ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ। ਅੱਜ ਵੀ ਜੇ ਧਿਆਨ ਮਾਰੀਏ ਨਾ, ਤਿੰਨ ਤਰ੍ਹਾਂ ਦੇ ਸਿੱਖ ਦਿਖਦੇ ਆ। ਇੱਕ ਤੇ ਦਿਖਦੇ ਸਤੋ ਗੁਣੀ, ਸ਼ਾਂਤ ਸੁਭਾਅ, ਨਿਰਮਲੇ ਸੰਤ, ਉਦਾਸੀ ਸੰਤ, ਬਾਣੀ ਪੜ੍ਹਨ ਵਾਲੇ, ਰਹਿਤ ਰੱਖਣ ਵਾਲੇ, पवित्र जीवन जीण वाले। एक देखते ने वीर रसी, बड़ी छेती वीर रस च आ जाते। एक देखते ने राजसी सिख, रईस सरदार, देखो राजनीति करने वाले, वो राजनीति करी जाते सारी उम्र। अज भी जे झाती मारीे तो तीन तरह के सिख दिखण चाहते। तो सतगुरु श्री गुरु गोबिंद सिंह महाराज ने ये पवित्र बाणी उचारण की। इस बाणी की उथानका की है, प्राक कथन की है? जिस बाणी की कथा महापुरशां दे पवित्र स्थान ते आप संगतां वालों आरंभ करवाई जा रही है, हर शनिवार ਤਾਂ ਸੰਪਰਦਾਏ ਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਭਗਤੀ ਭਾਵ ਸਿਮਰਨ ਦੇ ਵਿੱਚ ਲੀਨ ਸਨ।
ऐसी मन की एकाग्रता बनी कि वाहिगुरु परमेशर निर्गुण सरूप के ध्यान च लीन सी, वो सरगुण सकार रूप दे विच प्रगट होया। ते सतगुरां ने कृपा कीती उस वाहिगुरु दे सामने प्रतख सरूप नू निगाह च रख के, पहला निर्गुण सरूप दी ते उहदी उस्तत दे विच नमस्कार रूप स्तोत्र उचारण कीता, जिदे विच नमस्कार आवेगी, हर पंक्ति विच हर लाइन विच नमस्कार चलेगी। इहनू पुराने जिहड़े सिंघ ने ਉਹ ਇਸ ਬਾਣੀ ਨੂੰ ਅਕਾਲ ਸਹੰਸਰਨਾਮਾ ਵੀ ਕਹਿ ਦਿੰਦੇ, ਜਿਹੜਾ ਕਾਲ ਤੋਂ ਰਹਿਤ ਮੌਤ ਤੋਂ ਰਹਿਤ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਸਿਫਤ ਸਲਾਹ। ਆਓ ਇਸ ਬਾਣੀ ਦੀ ਵਿਚਾਰ ਆਰੰਭ ਕਰਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ, ਆਪ ਸੰਗਤਾਂ ਕਿਰਪਾ ਕਰੋ, ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ, ਧੰਨ ਬਾਬਾ ਜਵਾਹਰ ਦਾਸ ਜੀ ਕਿਰਪਾ ਕਰਨ, ਮਹਾਂਪੁਰਖ ਕਿਰਪਾ ਕਰਨ, ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਫਰਮਾਉਂਦੇ ਨੇ, ਕੀ ਲਿਖਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਹਿਲਾਂ ਸੂਖਮ ਰੂਪ ਦੇ ਵਿੱਚ ਮੰਗਲ ਕਰਦੇ ਨੇ, ਫਿਰ ਵਿਸਥਾਰ ਵਿੱਚ ਕਰਨਗੇ, ਚੱਕਰ ਚਿਹਨ ਅਰ ਵਰਣ ਜਾਤ। ਅਤੇ ਮੰਗਲ ਕੀ ਹੈ? ਵਸਤੂ ਨਿਰਦੇਸ਼। ਇੱਕ ਦਾ ਭਾਵ ਹੁੰਦਾ ਹੈ ਦੂਜੇ ਭਾਵ ਤੋਂ ਰਹਿਤ, ਕੇਵਲ ਇੱਕ ਹੀ ਇੱਕ। ਜਾਂ ਵਿਦਵਾਨਾਂ ਨੇ ਅਰਥ ਕੀਤੇ ਨੇ ਜਿਹੜਾ ਓਅੰਕਾਰ ਤੋਂ ਪਹਿਲਾਂ ਏਕਾ ਪਾਇਆ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਇਹਦਾ ਦੂਜਾ ਅਰਥ ਹੁੰਦਾ ਸੂਖਸ਼ਮ ਤੋਂ ਸੂਖਸ਼ਮ, ਸੂਖਸ਼ਮ ਤੇ ਸੂਖਸ਼ਮ ਕਰ ਚੀਨੇ ਬ੍ਰਿਧਨ ਬ੍ਰਿਧ ਬਿਤਾਏ। ਜਿਹੜਾ ਪਕੜ ਦੇ ਵਿੱਚ ਨਾ ਆਵੇ, ਐਸਾ ਬਰੀਕ ਮਹੀਨ। ਜਾਂ ਇੱਕ ਦਾ ਅਰਥ ਹੁੰਦਾ ਹੈ ਮੰਗਲ ਰੂਪ, ਸੁਖ ਰੂਪ। ਤਾਂ ਇੱਕ ਤੋਂ ਬਾਅਦ ਮਹਾਰਾਜ ਕੀ ਲਿਖਦੇ ਨੇ? ਓਅੰਕਾਰ। ਅਤੇ ਓਅੰ ਸ਼ਬਦ ਜਿਹੜਾ ਹੈ ਇਹਦਾ ਮੂਲ ਹੈ ਅਵ ਧਾਤੂ, ਜਿਹਦਾ ਅਰਥ ਹੁੰਦਾ ਹੈ ਫੈਲਣਾ। ਸਾਰੇ ਸੰਸਾਰ 'ਚ ਫੈਲਿਆ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਇਹਦਾ ਦੂਜਾ ਅਰਥ ਹੁੰਦਾ ਰੱਖਿਆ ਕਰਨੀ, ਉਚਾਰਨ ਮਾਤਰ ਵਿਆਕਰਨ ਅਨੁਸਾਰ। ਇੱਕ ਵਾਰੀ ਤੇਰੇ ਮੂੰਹੋਂ ਓਅੰਕਾਰ ਨਿਕਲ ਗਿਆ, ਵਾਹਿਗੁਰੂ ਤੇਰੀ ਰੱਖਿਆ ਕਰੇਗਾ, ਸਹਾਇਤਾ ਕਰੇਗਾ, ਬਾਂਹ ਫੜੇਗਾ। ਇਹਦਾ ਤੀਸਰਾ ਅਰਥ ਹੁੰਦਾ ਮੰਗਲ ਅਤੇ ਖੁਸ਼ੀ। ਇਸ ਪ੍ਰਕਾਰ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤਾਂ ਓਅੰਕਾਰ ਦੇ ਵਿਦਵਾਨਾਂ ਬੜੇ ਅਰਥ ਕੀਤੇ ਨੇ। ਅੱਗੇ ਕੀ ਆ ਜਾਂਦਾ ਜੀ? ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਜਿਹੜਾ ਨਾ ਪੰਜਾਬੀ 'ਚ ਗੁਰਮੁਖੀ 'ਚ, ਇਹਦਾ ਮੂਲ ਸੰਸਕ੍ਰਿਤ ਵਿੱਚ ਹੈ ਸਤਿਗੁਰ। ਆਪਾਂ ਤੱਤਾ ਲਾਤਾ ਹੈ, ਅਤੇ ਵੈਸੇ ਜਿਹੜਾ ਸੰਸਕ੍ਰਿਤ 'ਚ ਉਹ ਦੱਦੇ ਨਾਲ ਹੈ ਸਤਿਗੁਰ, ਸੱਚ ਦਾ ਉਪਦੇਸ਼ ਦੇਣ ਵਾਲਾ, ਜਿਹਦੇ ਉਪਦੇਸ਼ ਕਰਕੇ ਅਗਿਆਨਤਾ ਮਿਟ ਜਾਂਦੀ ਹੈ ਅਤੇ ਸੱਚ ਦੀ ਪ੍ਰਾਪਤੀ ਹੁੰਦੀ, ਉਹਨੂੰ ਕਹਿੰਦੇ ਸਤਿਗੁਰ। ਅਤੇ ਪ੍ਰਸਾਦ ਕਹਿੰਦੇ ਹਨ ਕਿਰਪਾ ਪ੍ਰਸੰਨਤਾ, ਭਾਵ ਕਿ ਇੱਕ ਜਿਹੜਾ ਅਦੁੱਤੀ ਪਰਮਾਤਮਾ ਹੈ ਓਅੰਕਾਰ,
ਜਿਹੜਾ ਹਰ ਥਾਂ ਤੇ ਹੈ, ਰੱਖਿਆ ਕਰਨ ਵਾਲਾ ਹੈ, ਮੰਗਲ ਰੂਪ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਤਰਸ ਨਾਲ ਹੁੰਦੀ ਹੈ। ਪਰਮਾਤਮਾ ਇੱਕ ਹੀ ਹੈ। ਹੁਣ ਜੇ ਇਸ ਗੱਲ ਦੀ ਵਿਆਖਿਆ ਵੱਲ ਤੁਰੀਏ ਤਾਂ ਬੜੇ ਸੋਹਣੇ ਸੋਹਣੇ ਪ੍ਰਮਾਣ ਗੁਰਬਾਣੀ ਦੇ ਵਿੱਚ ਦਿੱਤੇ ਨੇ, ਧਾਰਮਿਕ ਗ੍ਰੰਥਾਂ ਵਿੱਚ ਵੀ ਦਿੱਤੇ ਨੇ। ਸੁਖਮਣੀ ਸਾਹਿਬ ਪੜ੍ਹੀਏ, ਮਹਾਰਾਜ ਕਹਿੰਦੇ ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ, ਸਗਲ ਸਮੱਗਰੀ ਜਾ ਕਾ ਤਨਾ। ਫੈਲਿਆ ਵਾ, ਹਰ ਜਗ੍ਹਾ 'ਤੇ ਬੈਠਾ। ਆਪਨ ਜਸ ਆਪ ਹੀ ਸੁਣਾ, ਪਰ ਇਸ ਗੱਲ ਨੂੰ ਕੌਣ ਬੁੱਝੂਗਾ? ਬਵੇਕੀ ਬੁੱਝੈ ਦੇਖੈ ਕਰੈ ਬਵੇਕ, ਉਹਨੂੰ ਪਤਾ ਲੱਗੂਗਾ ਆਪੇ ਹੈ ਏਕ, ਆਪੇ ਹੈ ਅਨੇਕ, ਹੋਰ ਕਿਸੇ ਨੂੰ ਨਹੀਂ। ਜਿਹੜਾ ਵਿਚਾਰੇਗਾ, ਪਹਿਲਾਂ ਦੇਖੇਗਾ, ਫਿਰ ਵਿਚਾਰੇਗਾ, ਫਿਰ ਸਮਝੇਗਾ, ਬੁੱਝੈ ਦੇਖੈ ਕਰੈ ਬਵੇਕ, ਜਿਨ੍ਹਾਂ ਦੇ ਉੱਤੋਂ ਦੀ ਲੰਘ ਗਈ ਉਹਨਾਂ ਨੂੰ ਨਹੀਂ ਪਤਾ ਲੱਗੇਗਾ। ਜਿਹੜੇ ਐਸੇ ਗਿਆਨਵਾਨ ਹੋਣਗੇ ਉਹ ਦੱਸਣਗੇ ਵੀ ਆਪੇ ਹੈ ਏਕ, ਆਪੇ ਹੈ ਅਨੇਕ। ਜਾਂ ਸ਼ਵੇਤਾ ਸ਼ਵੇਤਰ ਜਿਹੜਾ ਉਪਨਿਸ਼ੇਦ ਹੈ ਉਹਦੇ ਵਿੱਚ ਬੜਾ ਸੋਹਣਾ ਲਿਖਿਆ ਹੈ, ਏਕੋ ਦੇਵਾ ਸਰਵਭੂਤੇਸ਼ੂ ਗੂੜਾ, ਸਰਵਵਿਆਪੀ ਸਰਵਭੂਤ ਅੰਤਰ ਆਤਮਾ। ਉਪਨਿਸ਼ਦਾਂ ਵਿੱਚ ਕੀ ਲਿਖਿਆ? ਏਕੋ ਦੇਵਾ, ਦੇਵਾ ਮੈਨੇ ਆਤਮਾ, ਪ੍ਰਕਾਸ਼ ਰੂਪ ਇੱਕ ਹੀ ਆਤਮਾ ਹੈ। ਸਰਵਭੂਤੇਸ਼ੂ ਗੂੜਾ, ਭੂਤ ਮੈਨੇ ਜੀਵ, ਸਾਰੇ ਜੀਵਾਂ ਦੇ ਅੰਦਰ ਗੂੜ ਹੋ ਕੇ, ਗੁਪਤ ਹੋ ਕੇ, ਤੂੰ ਹਿਰਦੇ ਗੁਪਤ ਗੂੜ ਵਸੈ ਦਿਨ ਰਾਤੀ, ਸਰਵਭੂਤੇਸ਼ੂ ਗੂੜਾ, ਸਰਵਵਿਆਪੀ ਹਰ ਜਗ੍ਹਾ 'ਤੇ, ਸਰਵਭੂਤ ਅੰਤਰ ਆਤਮਾ ਸਾਰਿਆਂ ਦੇ ਅੰਦਰ ਆਤਮ ਰੂਪ ਹੋ ਕੇ ਜਿਹੜਾ ਬੈਠਾ ਹੈ, ਹੈ ਇੱਕ ਹੀ ਹੈ, ਇੱਕ ਤੋਂ ਬਿਨਾਂ ਹੋਰ ਕੋਈ ਨਹੀਂ। ਇੱਕ ਤੋਂ ਬਿਨਾਂ ਹੋਰ ਜੋ ਕੁਝ ਵੀ ਹੈ ਉਹ ਸਭ ਮਾਇਆ ਦੀ ਖੇਡ ਹੈ, ਉਹ ਸਭ ਮਾਇਆ ਹੈ। ਚਲੋ ਇੱਕ ਸਾਖੀ ਲਿਖੀ ਸੰਤਾਂ ਨੇ ਬੜੀ ਸੁੰਦਰ, ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਨਿਰਮਲੇ ਸੰਤਾਂ ਨੇ, ਉਹ ਕਹਿੰਦੇ ਨੇ ਵੀ ਜਿਹੜੇ ਸਵਾਮੀ ਵਿਵੇਕਾਨੰਦ ਜੀ ਸੀ, ਅੱਜ ਕੱਲ੍ਹ ਦੀ ਦੁਨੀਆ ਵਾਂਗ ਉਹ ਆਧੁਨਿਕ ਵਿਦਿਆ ਦੁਨਿਆਵੀ ਵਿਦਿਆ ਬਹੁਤ ਪੜ੍ਹੇ ਸੀ ਅਤੇ ਹਿਰਦਾ ਬੜਾ ਸਾਫ ਸੀ ਉਹਨਾਂ ਦਾ, ਨਿਮਰਤਾ ਵਾਲੇ ਸੀ, ਭਗਤੀ ਵਾਲੇ ਸੀ, ਭਾਵਨਾ ਵਾਲੇ ਸੀ, ਪਰ ਦੁਨਿਆਵੀ ਵਿਦਿਆ ਬਹੁਤੀ ਪੜ੍ਹੇ ਸੀ, ਚੰਗੇ ਮਿਹਨਤੀ ਸਨ। ਅਤੇ ਉਹ ਦੁਨਿਆਵੀ ਵਿਦਿਆ ਦੇ ਅਸਰ ਕਰਕੇ ਇੰਨਾ ਕੁ ਤਾਂ ਉਹਨਾਂ 'ਚ ਭਾਵਨਾ ਸੀ ਵੀ ਜੀਵ ਹੈ ਅਤੇ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਪਰਮਾਤਮਾ ਹੈ, ਇੰਨੀ ਕੁ ਭਾਵਨਾ ਸੀ ਉਹਨਾਂ 'ਚ। ਪਰ ਉਹ ਇੱਕ ਗੱਲ ਨਹੀਂ ਸੀ ਮੰਨਦੇ ਵੀ ਇੱਕ ਹੀ ਹੈ, ਹਰ ਥਾਂ 'ਤੇ ਇੱਕ ਹੀ ਹੈ, ਹਰ ਇੱਕ ਦੇ ਅੰਦਰ ਇੱਕ ਹੀ ਹੈ, ਬਾਹਰ ਵੀ ਇੱਕ ਹੀ ਹੈ। ਇਸ ਗੱਲ ਨੂੰ ਉਹ ਸਵੀਕਾਰ ਨਹੀਂ ਸੀ ਕਰਦੇ ਅਤੇ ਉਹ ਬੜੀ ਤਗੜੀ ਦਲੀਲ ਦਿੰਦੇ ਸੀ ਅਤੇ ਮਖੌਲ ਕਰਦੇ ਹੁੰਦੇ ਸਨ। ਜਦੋਂ ਉਹਨਾਂ ਨੂੰ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਜਿਹੜੇ ਬ੍ਰਹਮ ਗਿਆਨੀ ਮਹਾਤਮਾ ਮਿਲੇ ਤਾਂ ਇੱਕ ਦਿਨ ਅਤਵੈਦਵਾਦ ਦੀ ਗੱਲ ਚੱਲੀ, ਕਿਉਂ ਸਵਾਮੀ ਰਾਮਕ੍ਰਿਸ਼ਨ ਦਾ ਸੁਭਾਅ ਸੀ ਜੇ ਕੋਈ ਦਰਸ਼ਨ ਕਰਨ ਆਵੇ ਉਹਨਾਂ ਦੋ ਚਾਰ ਮਿੰਟ ਵੇਖਣਾ, ਉਹਨਾਂ ਫਿਰ ਕਹਿਣਾ ਦਰਸ਼ਨ ਹੋ ਗਏ, ਜਾਓ ਜਾ ਕੇ ਹੁਣ ਕੋਈ ਮੰਦਰ ਮੁੰਦਰ ਵੇਖੋ, ਇੱਥੇ ਨਾ ਵੋ ਨਾ ਉੱਠੇ ਤਾਂ ਉਹਨਾਂ ਅਦਵੈਤਵਾਦ ਦੀ ਵਿਚਾਰ ਕਰਨ ਲੱਗ ਪੈਣੀ। ਅਦਵੈਤਵਾਦ ਜਿਹੜਾ ਉਹ ਖੁਸ਼ਕ ਆ, ਜਿਵੇਂ ਕਈ ਮਹਾਤਮਾ ਹੁੰਦੇ ਨਾ ਹੀ ਕੋਈ ਉੱਠੇ ਤਾਂ ਸੁਖਮਣੀ ਸਾਹਿਬ ਸ਼ੁਰੂ ਕਰ ਲਿਆ, ਨਾ ਮੁੱਕੇ ਅਤੇ ਨਾ ਜਾਨ ਛੁੱਟੇ।
ਉਹ ਆਪੇ ਹੀ ਭੱਜ ਜਾਂਦਾ ਅੱਧੇ ਘੰਟੇ ਬਾਅਦ ਉੱਠ ਕੇ ਜਾਂ 15 ਮਿੰਟਾਂ ਬਾਅਦ ਵੀ ਸੁਖਣੀ ਸਾਹਿਬ ਨੂੰ ਤੇ ਹੁਣ 1.5 ਘੰਟਾ ਲਾਉਣ ਗਈ ਹੈ ਜੇ ਪ੍ਰੇਮ ਨਾ ਕੀਤਾ। ਗਲੋ ਲਾਉਣ ਦਾ ਤਰੀਕਾ ਹੁੰਦਾ ਸੰਤਾਂ ਕੋਲੇ ਵੀ, ਇਹ ਕੀ ਕਰਦਾ ਬੈਠਾ ਇੱਥੇ। ਉਹਨਾਂ ਦਾ ਇਦਾਂ ਦਾ ਸੁਭਾਅ ਸੀ, ਬਿਰਤੀ ਸੀ। 5-10 ਮਿੰਟ ਵੇਖਿਆ ਫਿਰ ਕਹਿਣਾ ਜਾ ਕੇ ਮੰਦਰ ਮੁੰਦਰ ਵੇਖੋ, ਹੁਣ ਇੱਥੇ ਕੀ ਕਰਦੇ। ਤਾਂ ਅਦਵੈਤਵਾਦ ਦਾ ਪ੍ਰਸੰਗ ਚੱਲ ਪਿਆ। ਸਵਾਮੀ ਵਿਵੇਕਾਨੰਦ ਵੀ ਬੈਠੇ, ਹੋਰ ਸ਼ਿਸ਼ ਵੀ ਬੈਠੇ, ਤਾਂ ਉਹਨਾਂ ਨੇ ਕਥਾ ਕੀਤੀ ਵੀ ਜੀਵ ਤੇ ਈਸ਼ਵਰ ਇੱਕ ਰੂਪ ਹੀ ਨੇ, ਆਤਮਾ ਤੇ ਪਰਮਾਤਮਾ ਇੱਕ ਰੂਪ ਹੀ ਨੇ, ਤੇ ਹਰ ਜਗ੍ਹਾ ਆਤਮਾ ਹੈ ਤੇ ਹਰ ਜਗ੍ਹਾ ਹੀ ਪਰਮਾਤਮਾ ਹੈ, ਪਰਮਾਤਮਾ ਤੋਂ ਬਿਨਾਂ ਕੁਝ ਨਹੀਂ ਹੈ। ਸਵਾਮੀ ਵਿਵੇਕਾਨੰਦ ਜੀ ਵੈਸੇ ਤਾਂ ਮਖੌਲ ਕਰਦੇ ਸੀ, ਪਰ ਸੰਤਾਂ ਨੂੰ ਮਖੌਲ ਨਹੀਂ ਕਰਨਾ ਚਾਹੀਦਾ ਹੈ, ਪਰ ਉਹਨਾਂ ਸਾਹਮਣੇ ਮਖੌਲ ਨਹੀਂ ਸੀ ਕੀਤਾ। ਪਰ ਇੱਕ ਇਹ ਤੇ ਇੱਕ ਇਹਨਾਂ ਦਾ ਨਾਲ ਦਾ, ਦੋਵੇਂ ਬਾਹਰ ਉੱਠ ਕੇ ਕਥਾ ਤੋਂ ਬਾਅਦ ਕੀ ਕਹਿੰਦੇ ਵੀ ਸਵਾਮੀ ਜੀ ਵੀ ਨਾ ਕਿਹੋ ਜਿਹੀ ਕਥਾ ਕਰਦੇ ਆ ਵੀ ਸਭ ਈਸ਼ਵਰੀ ਹੈ, ਜਿਵੇਂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਕਹਿੰਦੇ ਨੇ ਕਿ ਨੇਤਰੋ ਮੇਰਿਓ ਹਰ ਤੁਮੈਂ ਜੋਤ ਰਹੀ, ਹਰ ਬਿਨਾਂ ਵਰਨਾ ਦੇਖੋ ਕੋਈ। ਜਿਵੇਂ ਸੁਖਣੀ ਸਾਹਿਬ 'ਚ ਵੀ ਮਹਾਰਾਜ ਕਹਿੰਦੇ ਇੱਕ ਹੈ ਤੇ ਸਗਲਾ ਵਿਸਥਾਰਾ, ਇੱਕ ਤੋਂ ਹੀ ਹੈ ਸਭ ਕੁਝ। ਸਤਿਗੁਰੂ ਜੀ ਨੇ ਤੇ ਬਾਣੀ ਵਿੱਚ ਜੀ ਜਗ੍ਹਾ ਜਗ੍ਹਾ ਤੇ ਸੁਖਮਣੀ ਸਾਹਿਬ ਤਾਂ ਨਿਚੋੜ ਹੈ, ਜੀ ਅਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਇੱਕ ਜਗ੍ਹਾ ਤੇ ਕਹਿੰਦੇ ਹੈ ਇੱਕ ਗੱਲ ਪੱਕੀ ਪੱਲੇ ਬੰਨ ਲਾ, ਹੋਰ ਭੁੱਲਦੀਆਂ ਭੁੱਲ ਜਾਣ ਕੀ ਘੱਗਾ ਕੱਲ, ਮਨੇ ਇਹ ਬਿਨ ਹਰ ਦੂਸਰ ਨਾ ਹੈ। ਉਹਦੇ ਤੋਂ ਬਿਨਾਂ ਹੈ ਹੀ ਨਹੀਂ ਕੋਈ, ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ ਲਓ, ਨਾ ਹੋਆ ਨਾ ਹੋ ਨਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਤਾਂ ਉਹ ਬਾਹਰ ਉੱਠ ਕੇ ਸਵਾਮੀ ਵਿਵੇਕਾਨੰਦ ਜੀ ਕਹਿਣ ਲੱਗੇ ਸਵਾਮੀ ਜੀ ਵੀ ਕੀ ਕਰਦੇ, ਗੁਰੂ ਜੀ ਵੀ ਕੀ ਕਰਦੇ, ਸਭ ਈਸ਼ਵਰ ਆ, ਅਤੇ ਮਖੌਲ ਕਰਨ ਲੱਗ ਪਏ ਦੋਵੇਂ ਜਾਣੇ। ਲੋਟਾ ਵੀ ਈਸ਼ਵਰ ਆ, ਕੜਾਈ ਵੀ ਈਸ਼ਵਰ ਆ, ਪਲਟਾ ਵੀ ਈਸ਼ਵਰ ਆ, ਲੋਹ ਵੀ ਈਸ਼ਵਰ ਆ, ਦਰਖਤ ਵੀ ਈਸ਼ਵਰ ਆ। ਹੁਣ ਕਹਿਣਾ ਨਹੀਂ ਚਾਹੀਦਾ ਜੋ ਦੇਖਦਾ ਸੋ ਈਸ਼ਵਰ, ਜੋ ਦਿਸੇ ਸੋ ਤੇਰਾ ਰੂਪ। ਹੱਸ ਪਏ ਦੋਵੇਂ ਜਾਣੇ, ਇੱਕ ਇਹ ਤੇ ਇੱਕ ਇਹਨਾਂ ਦੇ ਨਾਲ ਦਾ। ਕਿੱਡੀ ਈਸ਼ਵਰਾਂ ਦੀ ਇਹਨਾਂ ਨੇ ਭੀੜ ਲਾਈ ਆ, ਈਸ਼ਵਰ ਤੇ ਇੱਦਾਂ ਚੁੱਕੀ ਫਿਰਦੇ ਜਿੱਦਾਂ ਸੇਲ ਲੱਗੀ ਹੁੰਦੀ, ਆ ਵੀ ਈਸ਼ਵਰ ਤੇ ਉਹ ਵੀ ਈਸ਼ਵਰ, ਇਹ ਵੀ ਈਸ਼ਵਰ ਤੇ ਉਹ ਵੀ ਈਸ਼ਵਰ। ਅਚਨਚੇਤ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਉੱਥੇ ਆ ਗਏ। ਮਹਾਰਾਜ ਲਿਆਉਣ ਵਾਲਾ ਜਿਹਨੂੰ ਕੁਝ ਦੇਣਾ, ਜੇ ਨਾ ਦੇਣਾ ਹੁੰਦਾ ਤਾਂ ਉੱਥੇ ਨਾ ਹੀ ਆਉਂਦੇ। ਪਰ ਵਿਵੇਕਾਨੰਦ ਜੀ ਨਾਲ ਪ੍ਰੇਮ ਸੀ, ਅਤੇ ਜਿਹਦੇ ਨਾਲ ਪ੍ਰੇਮ ਹੋਵੇ ਉਹਦੀਆਂ ਗਲਤੀਆਂ ਨਹੀਂ ਵੇਖੀਆਂ ਜਾਂਦੀਆਂ। ਅਤੇ ਕਹਿੰਦੇ ਕਿਹੜੀ ਗੱਲ ਹੱਸਦੇ ਪਏ ਆ ਬਈ ਇੰਨਾ ਉੱਚੀ ਉੱਚੀ, ਮੈਨੂੰ ਦੱਸੋ ਹੱਸਣ ਵਾਲੀ ਕਿਹੜੀ ਗੱਲ ਹੈ। ਦੋਵੇਂ ਡਰ ਗਏ, ਚੁੱਪ ਹੋ ਗਏ। ਉੱਦਾਂ ਵੈਸੇ ਹੀ ਉਹਨਾਂ ਅਚਨਚੇਤ ਪ੍ਰੇਮ ਨਾਲ ਸਵਾਮੀ ਵਿਵੇਕਾਨੰਦ ਦੇ ਸਿਰ 'ਤੇ ਹੱਥ ਰੱਖਿਆ। ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ। ਹੱਥ ਦੇ ਲੱਗਣ ਦੇ ਨਾਲ ਹੀ ਵਿਵੇਕਾਨੰਦ ਜੀ ਦੀ ਸੁਸ਼ਮਾ ਨਾੜੀ ਦਾ ਪ੍ਰਵਾਹ ਚੱਲ ਪਿਆ। ਗੁਰਬਾਣੀ ਨੇ ਤਿੰਨ ਮੰਨੀਆਂ, ਇੜਾ, ਪਿੰਗਲਾ ਤੇ ਸੁਸ਼ਮਨਾ। ਗੁਰਬਾਣੀ ਨੇ ਅਧਿਆਤਮਵਾਦ ਰੂਹਾਨੀਅਤ ਮੰਨੀ ਹੈ, ਉਹ ਵੱਖਰੀ ਗੱਲ ਹੈ ਕਿ ਗੁਰਬਾਣੀ ਵਿੱਚ ਭਗਤੀ ਦੀ ਪ੍ਰਧਾਨਤਾ ਹੈ। ਜਿਹੜੀਆਂ ਜਦੋਂ ਸੁਸ਼ਮਾ ਨਾੜੀ ਦਾ ਸੰਤ ਸਾਧੂ ਦੱਸਦੇ ਨੇ, ਸੁਣਿਆ ਹੈ ਜਾਂ ਗ੍ਰੰਥਾਂ 'ਚ ਪੜ੍ਹਿਆ ਵੀ ਜਦੋਂ ਸੁਸ਼ਮਾ ਨਾੜੀ ਦਾ ਪ੍ਰਵਾਹ ਚੱਲ ਪੈਂਦਾ ਹੈ ਤਾਂ ਜਿਹੜੀ ਇੰਦਰੀਆਂ ਦੀ ਬਾਹਰ ਮੁਖਤਾ ਹੁੰਦੀ ਨਾ, ਉਹ ਅੰਤਰ ਮੁਖਤਾ ਹੋ ਜਾਂਦੀ ਹੈ, ਅਤੇ ਧਿਆਨ ਸੁਰਤੀ ਬਿਰਤੀ ਇੱਦਾਂ ਧੱਸਦੀ ਜਾਂਦੀ ਹੈ ਜਿਵੇਂ ਆਪਾਂ ਕਿੱਲ ਲੱਕੜ ਦੇ ਵਿੱਚ ਧਸਾ ਦਿੰਦੇ, ਇੱਦਾਂ ਮੱਥੇ ਦੇ ਵਿੱਚ ਖੁੱਭਦੀ ਜਾਂਦੀ ਹੈ। ਇੱਦਾਂ ਸੰਤ ਸਾਧੂਆਂ ਗ੍ਰੰਥਾਂ 'ਚ ਲਿਖਿਆ ਅਤੇ ਕਈ ਦੱਸਦੇ ਵੀ ਨੇ ਮਹਾਤਮਾ, ਅੱਗੇ ਵਾਹਿਗੁਰੂ ਜਾਣੇ ਜਾਂ ਗੁਰੂ ਸਾਹਿਬ ਜਾਣਦੇ ਹੋਣਗੇ।
ਤਾਂ ਬਿਰਤੀ ਅੰਦਰ ਚਲੇ ਗਈ। ਹੁਣ ਜਦੋਂ ਬਿਰਤੀ ਅੰਦਰ ਹੋ ਗਈ, ਦਿਵ ਦ੍ਰਿਸ਼ਟੀ ਖੁੱਲੀ ਤਾਂ ਕੀ ਦੇਖਦੇ ਨੇ ਵੀ ਜਿੰਨੇ ਵੀ ਸੰਸਾਰ ਦੇ ਪਦਾਰਥ ਨੇ ਉਹ ਸਾਰੇ ਇੱਕ ਪ੍ਰਕਾਸ਼ ਵਿੱਚ ਤਬਦੀਲ ਹੁੰਦੇ ਜਾ ਰਹੇ। ਉਹ ਪ੍ਰਕਾਸ਼ ਜਿਹੜੇ ਨੇ ਨਿੱਕੇ ਨਿੱਕੇ ਪ੍ਰਕਾਸ਼ ਪਦਾਰਥਾਂ ਦੇ, ਉਹ ਸਾਰੇ ਇੱਕ ਵੱਡੇ ਪਦਾਰਥ 'ਚ ਜਾ ਕੇ ਲੀਨ ਹੋਈ ਜਾਂਦੇ ਨੇ ਤੇ ਅਖੀਰ 'ਤੇ ਇੱਕ ਪਦਾਰਥ ਹੀ ਰਹਿ ਜਾਂਦਾ, ਇੱਕ ਵਸਤੂ ਰਹਿ ਜਾਂਦਾ ਜਿਹੜਾ ਪ੍ਰਕਾਸ਼ ਦਾ ਪੁੰਜ ਹੈ। ਸਭ ਉਹ 'ਚ ਹੀ ਲੀਨ ਹੋ ਰਹੇ ਨੇ ਅਤੇ ਸਭ ਉੱਤੋਂ ਹੀ ਪੈਦਾ ਹੋ ਰਹੇ ਨੇ। ਇੱਕ ਹੈ ਤੇ ਸਗਲਾ ਵਿਸਥਾਰਾ, ਏਕੋ ਹਮ ਬਹੁ ਸਿਆਮਾ ਪਰਜਾਈਏ, ਇੱਕ ਤੋਂ ਹੀ ਸਭ ਕੁਝ ਹੋ ਰਿਹਾ ਹੈ। ਜਦੋਂ ਇਹ ਉਹਨਾਂ ਦੀ ਅਵਸਥਾ ਬਣ ਗਈ ਉਹਨਾਂ ਦੇ ਹੱਥ ਰੱਖਣ ਨਾਲ, ਸਾਧੂ ਦੀ ਖੁਸ਼ੀ ਹੋਵੇਗੀ, ਸਾਧੂ ਦੀ ਪ੍ਰਸੰਨਤਾ ਹੋਵੇਗੀ। ਤਾਂ ਉਹ ਦੱਸਦੇ ਨੇ ਸਵਾਮੀ ਵਿਵੇਕਾਨੰਦ ਜੀ ਵੀ 6 ਮਹੀਨੇ ਮੇਰੀ ਇਹ ਅਵਸਥਾ ਰਹੀ ਹੈ, ਇਹ ਸਭ ਇੱਕ ਹੀ ਹੈ, ਇੱਕ ਤੋਂ ਬਿਨਾਂ ਕੁਝ ਵੀ ਨਹੀਂ ਹੈ। ਤਾਂ ਉਪਨਿਸ਼ਦਾਂ ਦੇ ਵਿੱਚ ਬੜਾ ਸੋਹਣਾ ਲਿਖਿਆ ਹੈ ਵੀ ਏਕੋ ਦੇਵਾ ਸਰਵ ਭੂਤੇਸ਼ੁ ਗੂੜਾ ਸਰਵ ਵਿਆਪੀ ਸਰਵ ਭੂਤ ਅੰਤਰਾਤਮਾ, ਇੱਕ ਹੀ ਹੈ ਬਸ, ਜਿਹੜਾ ਗੂੜ ਗੁਪਤ ਹੋ ਕੇ ਸਾਰਿਆਂ ਦੇ ਅੰਦਰ ਬੈਠਾ। ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਗਵਾਰੀ ਹੈ। ਤਾਂ ਇਹਨੂੰ ਕੀ ਕਹਿੰਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਐਸਾ ਜਿਹੜਾ ਇੱਕ ਪਰਮਾਤਮਾ ਹੈ, ਅਦਵੈਤ ਸਰੂਪ ਪਰਮਾਤਮਾ ਹੈ, ਸੂਕਸ਼ਮ ਅਤੇ ਸੂਕਸ਼ਮ ਪਰਮਾਤਮਾ ਹੈ, ਓਅੰਕਾਰ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਹਰ ਜਗ੍ਹਾ ਬੈਠਾ ਹੋਇਆ ਫੈਲਿਆ ਹੋਇਆ ਪਰਮਾਤਮਾ ਹੈ, ਮੰਗਲ ਰੂਪ ਓਅੰਕਾਰ ਪਰਮਾਤਮਾ ਹੈ, ਉਹ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਕਰਕੇ ਮਿਲਦਾ ਹੈ। ਆਪਣੇ ਆਪ ਨਹੀਂ ਉਹ ਪ੍ਰਾਪਤ ਹੁੰਦਾ ਜਿੰਨਾ ਚਿਰ ਪੂਰੇ ਗੁਰੂ ਦੇ ਚਰਨ ਨਾ ਫੜੀਏ। ਇਹ ਤਾਂ ਗੁਰਬਾਣੀ 'ਚ ਲਿਖਿਆ ਹੈ ਵੀ ਗੁਰੂ ਦੀ ਕਿਰਪਾ ਤਾਰ ਦਿੰਦੀ, ਅਮੈ ਦ੍ਰਿਸ਼ਟ ਸੁਭ ਕਰੇ, ਅੰਮ੍ਰਿਤ ਰੂਪ ਨਿਗਾਹ ਹੈ ਉਹਨਾਂ ਦੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਰੂਪ ਨਿਗਾਹ, ਅਮੈ ਦ੍ਰਿਸ਼ਟ ਸੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰਲੋਹ ਮੋਹ ਵਸ ਕਰੇ, ਸਭੈ ਬਲ। ਇਹ ਗੁਰੂ ਦੀ ਨਿਗਾਹ 'ਚ ਬਰਕਤ ਹੈ, ਭਾਵੇਂ ਕਿ ਸਮਾਂ ਜ਼ਿਆਦਾ ਹੋਈ ਜਾਂਦਾ ਹੈ ਅਤੇ ਮੇਰੇ ਹਿਸਾਬ ਦਾ ਮੰਗਲ ਦੀ ਕਥਾ ਹੀ ਮਸਾਂ ਪੂਰੀ ਕਰਾਂਗੇ ਜੇ ਵਿਸਥਾਰ ਦੇ ਨਾਲ ਕਰਾਂਗੇ ਤਾਂ। ਪ੍ਰਸਾਦ ਅਤੇ ਗੁਰੂ ਦੀ ਕਿਰਪਾ 'ਤੇ ਵੀ ਬੇਅੰਤ ਪ੍ਰਮਾਣ ਨੇ। ਗੁਰ ਇਤਿਹਾਸ ਗੁਰਬਾਣੀ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ, ਮਹਾਤਮਾ ਦੀਆਂ ਸਾਖੀਆਂ ਸਮਝਣ ਦੇ ਵਿੱਚ ਸੌਖਾ ਕਰ ਦਿੰਦੀਆਂ ਹਨ, ਸੌਖੀ ਸਮਝ ਪੈ ਜਾਂਦੀ। ਗੁਰੂ ਕਿਰਪਾ ਕਰੇ ਫਿਰ ਕਾਮ ਕ੍ਰੋਧ ਵਸ 'ਚ ਆਉਂਦੇ ਨੇ, ਵੈਸੇ ਨਹੀਂ ਵਸ 'ਚ ਆਉਂਦੇ, ਆਪਣੇ ਜ਼ੋਰ ਨਾਲ ਵਸ 'ਚ ਨਹੀਂ ਆਉਂਦੇ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ, ਸਭੈ ਬਲ, ਅਮੈ ਦ੍ਰਿਸ਼ਟ ਸੁਭ ਕਰੇ, ਹਰੇ ਅਗ ਪਾਪ ਮਲ। ਇੱਕ ਬੜੀ ਸੁੰਦਰ ਸਾਖੀ ਗੁਰ ਇਤਿਹਾਸ 'ਚ ਦਰਜ ਹੈ, ਸਾਖੀ ਦਾ ਸਿਰਲੇਖ ਹੈ ਵੀ ਡੱਗੀ ਵਾਲਾ ਵਪਾਰੀ, ਤੇ ਸਾਖੀ ਐਸੀ ਜਗਤ ਗੁਰੂ ਆਪ ਨਾਰਾਇਣ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਕੋਈ ਵਪਾਰੀ ਸਮਾਨ ਵੇਚਦਾ ਪਿਆ ਹੈ, ਸਤਿਗੁਰੂ ਜੀ ਨੇ ਉਹਨੂੰ ਆਖਿਆ ਆਪਣੀ ਗਠੜੀ ਖੋਲ ਸਾਨੂੰ ਦਿਖਾ ਕੀ ਵੇਚਦਾ ਹੈ। ਉਹਨੇ ਆਖਿਆ ਜੀ ਤੇਲ ਹੈ, ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਮਹਾਰਾਜ ਨੇ ਜਿਵੇਂ ਲਿਖਿਆ, ਲੂਣ ਹੈ, ਰੂਹ ਹੈ, ਫਿਰ ਹੋਰ ਕੀ ਹੈ। ਕਹਿੰਦਾ ਜੀ ਵੱਟੇ ਆ ਤੋਲਣ ਵਾਲੇ,
ਵੱਟੇ ਕਿਹੜੇ ਕਿਹੜੇ ਨੇ ਤਾਂ ਉਹ ਵੱਟੇ ਦਿਖਾਉਣ ਲੱਗ ਪਿਆ ਕਿ ਮਹਾਰਾਜ ਇਹ ਵੱਟਾ ਪੰਸੇਰੀ ਹੈ ਇਹ ਦੋ ਸੇਰ ਦਾ ਹੈ ਇਹ ਇੱਕ ਸੇਰ ਦਾ ਹੈ ਤੇ ਹਾ ਜਿਹੜਾ ਸਭ ਤੋਂ ਛੋਟਾ ਹੈ ਇਹ ਇੱਕ ਪਾਈਏ ਦਾ ਹੈ ਇਹ ਸਭ ਤੋਂ ਛੋਟਾ ਹੈ ਸਤਿਗੁਰੂ ਜੀ ਨੇ ਵੱਟਾ ਹੱਥ 'ਚ ਲਿਆ ਜਿਹੜਾ ਸਭ ਤੋਂ ਛੋਟਾ ਸੀ ਨਾ ਪਾਈਆ ਮਹਾਰਾਜ ਕਹਿੰਦੇ ਧੰਨ ਪਾਈਆ ਜਿਹਨੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਛੋਟਾ ਖਵਾਇਆ ਹੈ ਅੱਜ ਕੱਲ੍ਹ ਤਾਂ ਸਾਰਾ ਸੰਸਾਰ ਜਿਹੜਾ ਹੈ ਉਹ ਕੁਝ ਨਾ ਕੁਝ ਵਡਿਆਈ ਚਾਹੁੰਦਾ ਹੈ ਇੱਕ ਸੱਜਣ ਦੀ ਮੈਂ ਗੱਲ ਸੁਣੀ ਹੈ ਉਹਨੂੰ ਉੱਦਾਂ ਕੋਈ ਵੇਖੇ ਨਾ ਵਡਿਆਈ ਨਾ ਮਿਲੀ ਉਹਨੇ ਚੁੱਕੇ ਮਾਂ ਪਿਓ 'ਤੇ ਕੇਸ ਕਰਤਾ ਵਕੀਲ ਸੀ ਵੀ ਮੇਰੀ ਵੀਡੀਓ ਜ਼ਿਆਦਾ ਚੱਲੇ ਐ ਮੈਨੂੰ ਜੰਮਣ ਤੋਂ ਪਹਿਲਾਂ ਇਹਨਾਂ ਪੁੱਛਿਆ ਨਹੀਂ ਹੈ ਆਹ ਕੇਸ ਕੀਤਾ ਵਾ ਤੁਸੀਂ ਪੜ੍ਹ ਲਓ ਇੰਡੀਆ ਦੀ ਅਖਬਾਰਾਂ 'ਚ ਛਪਿਆ ਮੈਨੂੰ ਜੰਮਣ ਤੋਂ ਪਹਿਲਾਂ ਇਹਨਾਂ ਪੁੱਛਿਆ ਨਹੀਂ ਸੀ ਇੱਥੇ ਕਿਤੇ ਪੰਜਾਬ 'ਚ ਹੁੰਦਾ ਅਤੇ ਕਿਸੇ ਜੱਟ ਦੇ ਘਰ ਜੰਮਿਆ ਹੁੰਦਾ ਉਹਨੇ ਛਿੱਤਰ ਲਾ ਲੈਣਾ ਸੀ ਦੱਸਦਾ ਤੈਨੂੰ ਪਤਾ ਇੱਧਰ ਦੀ ਗੱਲ ਹੈ ਸਾਊਥ ਇੰਡੀਆ ਦੀ ਗੱਲ ਹੈ ਕੇਸ ਕਰਤਾ ਬਸ ਮਸ਼ਹੂਰੀ ਚਾਹੀਦੀ ਹੈ ਭਾਵੇਂ ਮਾਂ ਨੂੰ ਵਰਤਣਾ ਪੈ ਜੇ ਭਾਵੇਂ ਘਰ ਵਾਲੀ ਨੂੰ ਵਰਤਣਾ ਪੈ ਜੇ ਕੁਝ ਕਰਨਾ ਪੈ ਜੇ ਮਸ਼ਹੂਰੀ ਚਾਹੀਦੀ ਹੈ ਨਾ ਮਹਾਰਾਜ ਕਹਿੰਦੇ ਧੰਨ ਪਾਈਆ ਜਿਹਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਖਵਾਇਆ ਹੈ ਜਦੋਂ ਇੰਨੀ ਗੱਲ ਸੁਣੀ ਤੇ ਵੱਟਾ ਹੱਥ 'ਚ ਫੜ ਕੇ ਪਾਈਏ ਦਾ ਤੇ ਨਿਗਾਹ ਮਹਾਰਾਜ ਨੇ ਮਾਰੀ ਨਾ ਵਪਾਰੀ 'ਤੇ ਜਿੱਦਾਂ ਕਿਸੇ ਨੇ ਸਰੀਰ ਦੇ ਵਿੱਚ ਦੀ ਕੱਢਤਾ ਹੋਵੇ ਕੁਝ ਇੱਕ ਵਾਰੀ ਕੰਬ ਗਿਆ ਹਿੱਲ ਗਿਆ ਸਾਰਾ ਤੇ ਸੋਚੀ ਪੈ ਗਿਆ ਇਹ ਸੌਦਾ ਖਰੀਦਣ ਵਾਲੇ ਨਹੀਂ ਇਹ ਤੇ ਕੋਈ ਸੰਤ ਆ ਬੜਾ ਸੌਦਾ ਵੇਚਿਆ ਸਾਰੀ ਉਮਰ ਭਰ ਇਹੋ ਜਿਹੀ ਗੱਲ ਐਸੀ ਗਜਬ ਦੀ ਗੱਲ ਐਸਾ ਗਜਬ ਦਾ ਬੋਲ ਇਹ ਤਾਂ ਬੋਲਿਆ ਹੀ ਕਿਸੇ ਨੇ ਨਹੀਂ ਪਿਓ ਦੀ ਵੀ ਉਮਰ ਲੰਘ ਗਈ ਅਗਾਂਹ ਸਾਡੀ ਵੀ ਲੰਘ ਚੱਲੀ ਵੇਚਦਿਆਂ ਦੀ ਖਰੀਦਦਿਆਂ ਦੀ ਕਿਸੇ ਨੇ ਨਹੀਂ ਕਿਹਾ ਧੰਨ ਪਾਈਆ ਜਿਹਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਖਵਾਇਆ ਹੈ ਤਾਂ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਫਿਰ ਵੀ ਇਹ ਕੋਈ ਮਹਾਤਮਾ ਵਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਾਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਉਹਨੇ ਹੱਥ ਜੋੜ ਲਏ ਸਤਿਗੁਰੂ ਜੀ ਉਹਦੀ ਨਿਮਰਤਾ ਵੇਖ ਕੇ ਉਹਦਾ ਸਬਰ ਵੇਖ ਕੇ ਸੰਤੋਖ ਵੇਖ ਕੇ ਉਹਦੀ ਦਸਾਂ ਨੌਵਾਂ ਦੀ ਮਿਹਨਤ ਵੇਖ ਕੇ ਇਮਾਨਦਾਰੀ ਵੇਖ ਕੇ ਸਤਿਗੁਰੂ ਇੰਨੇ ਪ੍ਰਸੰਨ ਹੋਏ ਉਹਦੇ ਸੀਸ 'ਤੇ ਹੱਥ ਰੱਖਤਾ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਬਸ ਹੱਥ ਰੱਖਣ ਦੀ ਦੇਰ ਸੀ ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਸਮਰੱਥ ਪੁਰਖ ਹੋ ਗਿਆ ਦਿਵ ਦ੍ਰਿਸ਼ਟੀ ਵਾਲਾ ਹੋ ਗਿਆ ਆਤਮ ਸਰੂਪ ਦਾ ਗਿਆਨ ਹੋ ਗਿਆ ਜਿਹਨੂੰ ਆਤਮਾ ਦਾ ਗਿਆਨ ਹੋ ਗਿਆ ਉਹਨੂੰ ਬ੍ਰਹਮ ਦਾ ਪਰੋਕਸ਼ ਹੋ ਗਿਆ ਬ੍ਰਹਮ ਦਾ ਪਰੋਕਸ਼ ਹੋਇਆ ਜੰਮਣ ਮਰਨ ਤੋਂ ਰਹਿਤ ਹੋਇਆ ਬ੍ਰਹਮ ਦਾ ਪਰੋਕਸ਼ ਹੋਇਆ ਅਤੇ ਆਨੰਦ ਸਰੂਪ ਵਿੱਚ ਸੁਰਤੀ ਬਿਰਤੀ ਲੀਨ ਹੋ ਗਈ ਜਿਵੇਂ ਸਰਮਦ ਸਾਹਿਬ ਕਹਿੰਦੇ ਨਾ ਜਦੋਂ ਤੋਂ ਉਹ ਮਿਲਿਆ ਜਦੋਂ ਤੋਂ ਪਰਮੇਸ਼ਰ ਮਿਲਿਆ ਉਹਦੇ ਬਾਅਦ ਹੁਣ ਦੁਨੀਆਂ ਦੀ ਅਹਿਮਦ ਖਸ ਖਸ ਦੇ ਦਾਣੇ ਤੋਂ ਵੱਧ ਮੇਰੀ ਨਿਗਾਹ 'ਚ ਕੁਝ ਵੀ ਨਹੀਂ ਹੈ ਅਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਜਦੋਂ ਇਹ ਰਸ ਦੀ ਪ੍ਰਾਪਤੀ ਹੋਵੇ ਫਿਰ ਉਹ ਰਸ ਚੰਗੇ ਨਹੀਂ ਲੱਗਦੇ ਸੰਸਾਰ ਦੇ ਜਿਹੜੇ ਵਿਸ਼ੇ ਨੇ ਤਾਂ ਗੁਰੂ ਅੰਗਦ ਦੇਵ ਸਾਹਿਬ ਇਹ ਸਾਖੀ ਸੁਣਦੇ ਪਏ ਸੀ ਅਤੇ ਖਡੂਰ ਸਾਹਿਬ ਦੀ ਗੱਲ ਹੈ ਤਪਿਆਣਾ ਸਾਹਿਬ ਭਾਈ ਬਾਲਾ ਜੀ ਮਹਾਰਾਜ ਨੂੰ ਜੀਵਨ ਸੁਣਾ ਰਹੇ ਗੁਰੂ ਸਾਹਿਬ ਸੁਣ ਰਹੇ ਅਤੇ ਗੁਰੂ ਸਾਹਿਬ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਐਸੇ ਸਮਰੱਥ
ਉਹਨੇ ਵਪਾਰੀ ਨੇ ਨਾ ਕੋਈ ਸੇਵਾ ਕੀਤੀ ਨਾ ਕੋਈ ਜਾਪ ਤਪ ਕੀਤਾ, ਮਹਾਰਾਜ ਨੇ ਉਦਾਂ ਹੀ ਸਭ ਕੁਝ ਦੇਤਾ ਉਹਨੂੰ। ਤਾਂ ਭਾਈ ਬਾਲਾ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦੇ ਪਿਆਰੇ ਗੁਰੂ ਅੰਗਦ ਦੇਵ ਮਹਾਰਾਜ ਦਾਸ ਨੇ ਵੀ ਇਹੀ ਸਵਾਲ ਕੀਤਾ ਸੀ, ਇਹਨੇ ਤਾਂ ਕੁਝ ਕੀਤਾ ਨਹੀਂ ਤੁਸੀਂ ਸਭ ਕੁਝ ਇਹਨੂੰ ਦੇਤਾ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਭਾਈ ਇਹ ਪਿਛਲੇ ਜਨਮਾਂ ਦਾ ਬੜਾ ਵੱਡਾ ਭਜਨੀਕ ਪੁਰਸ਼ ਹੈ, ਇਹਨੇ ਜਪ ਤਪ ਪੁੰਨ ਦਾਨ ਸ਼ੁਭ ਕਰਮ ਸਾਰੇ ਕੀਤੇ ਨੇ ਨਿਸ਼ਕਾਮ ਭਾਵ ਨਾਲ, ਜਿਵੇਂ ਦੀਵਾ ਵੀ ਹੋਵੇ ਤੇਲ ਵੀ ਹੋਵੇ ਬੱਤੀ ਵੀ ਹੋਵੇ ਸਭ ਕੁਝ ਤਿਆਰ ਹੋਵੇ ਚਾਨਣ ਦਾ ਸਮਾਨ ਹੋਵੇ ਤੇ ਸਿਰਫ ਅੱਗ ਲਾਉਣ ਦੀ ਲੋੜ, ਮਾਚਿਸ ਨਾਲ ਤੀਲੀ ਬਾਲੋ ਤੇ ਅੱਗ ਲਾਓ, ਬਾਕੀ ਸਮਾਨ ਤਿਆਰ ਹੈ। ਤੇ ਉਸੇ ਵੇਲੇ ਚਾਨਣ ਹੋ ਜਾਂਦਾ ਹੈ, ਇਹਦੇ ਕੋਲ ਸਭ ਕੁਝ ਸੀ ਬਸ ਇਹਨੂੰ ਕਿਰਪਾ ਦੀ ਲੋੜ ਸੀ ਕਿਸੇ ਮਹਾਂਪੁਰਸ਼ ਦੀ ਕਿਸੇ ਮਹਾਤਮਾ ਦੀ। ਤੇ ਦੂਸਰੇ ਬੰਨੇ ਗੁਰੂ ਪੂਰਾ ਹੋਵੇ ਮਹਾਂਪੁਰਖ ਪੂਰਾ ਹੋਵੇ ਉਹ ਕਿਰਪਾ ਦਿੰਦਾ ਪਿਆ ਹੈ ਪਰ ਅੱਗੇ ਸਮਾਨ ਹੀ ਤਿਆਰ ਨਹੀਂ, ਨਾ ਦੀਵਾ ਵਾ ਨਾ ਤੇਲ ਆ ਨਾ ਬੱਤੀ ਆ, ਫਿਰ ਕਹਿੰਦੇ ਸਾਡਾ ਕੰਮ ਨਹੀਂ ਹੋਇਆ, ਫਿਰ ਕਹਿੰਦੇ ਸਾਨੂੰ ਪਾਠ ਕੀਤਿਆਂ ਮਿਲਿਆ ਕੁਝ ਨਹੀਂ। ਸਮਾਨ ਵੀ ਪੂਰਾ ਹੋਵੇ, ਸਾਧਨਾ ਵੀ ਪੂਰੀ ਹੋਵੇ, ਗੁਰੂ ਵੀ ਪੂਰਾ ਹੋਵੇ, ਇਹ ਸਾਖੀ ਦਾ ਭਾਵ ਕੀ ਹੈ? ਵੀ ਨਿਸ਼ਕਾਮ ਭਾਵ ਨਾਲ ਸੇਵਾ ਸਿਮਰਨ ਨਿਤਨੇਮ ਕਰਦੇ ਰਹਿਣਾ ਚਾਹੀਦਾ ਹੈ, ਇੱਕ ਦਿਨ ਗੁਰੂ ਕਿਰਪਾ ਕਰੇਗਾ, ਪੂਰਨ ਗੁਰੂ ਪੂਰੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਨਗੇ ਅਤੇ ਚਾਨਣ ਹੋਵੇਗਾ। ਤਾਂ ਏਡੀ ਵੱਡੀ ਤਾਕਤ ਕਿਹਦੇ ਵਿੱਚ ਆ? ਗੁਰੂ ਦੀ ਕਿਰਪਾ 'ਚ। ਪਰਮਾਤਮਾ ਮਿਲੇਗਾ ਪਰ ਗੁਰੂ ਕਿਰਪਾ ਨਾਲ, ਬਿਨਾਂ ਗੁਰੂ ਕਿਰਪਾ ਤੋਂ ਨਹੀਂ ਮਿਲੇਗਾ। ਤਾਂ ਇਸ ਕਰਕੇ ਮਹਾਰਾਜ ਕੀ ਕਹਿੰਦੇ ਹਨ? ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਕਹਿੰਦੇ ਨੇ ਸਵਾਇਮਾਨ ਨੂੰ, ਸ੍ਰੇਸ਼ਟ ਨੂੰ, ਰਿੱਧੀਆਂ ਸਿੱਧੀਆਂ ਦੇ ਮਾਲਕ ਨੂੰ ਸ੍ਰੀ ਯੁੱਤ, ਸ਼੍ਰੋਮਣੀ ਨੂੰ ਵਾਹਿਗੁਰੂ ਜੀ ਕੀ ਫਤਿਹ। ਵਾਹਿਅੰਤੀ ਨਿਰਵਾਹਿਅੰਤੀ ਇਤੀ ਵਾਹਾ ਬ੍ਰਹਮਾਦਿਆ, ਜਿਹੜਾ ਪੈਦਾ ਕਰੇ ਪਾਲੇ ਅਤੇ ਫਿਰ ਲੈ ਕਰ ਲਏ ਸੰਘਾਰ ਕਰ ਲਏ ਉਹਨੂੰ ਵਾਹ ਕਹਿੰਦੇ ਹਨ। ਉਹ ਕੌਣ? ਸਰਵ ਸ਼੍ਰੋਮਣੀ ਉਹਨਾਂ ਦਾ ਗੁਰੂ ਕੌਣ? ਅਕਾਲ ਪੁਰਖ ਵਾਹਿਗੁਰੂ, ਜਿਸ ਦੀ ਹਮੇਸ਼ਾ ਹੀ ਫਤਿਹ ਹੈ। ਜੈਕਾਰ ਕੀਓ ਧਰਮੀਆਂ ਕਾ, ਵਾਹਿਗੁਰੂ ਦੇ ਨਾਮ ਵਾਲੇ ਦੀ ਫਤਿਹ ਹੋਵੇਗੀ। ਹੋਰ ਵੀ ਬੜੇ ਮਹਾਂਪੁਰਸ਼ਾਰਥ ਕੀਤੇ ਨੇ, ਜਾਪ ਕਿਰਿਆ ਵਿਸ਼ੇਸ਼ ਜਪਣੇ ਯੋਗ, ਜਿਹੜਾ ਜਪਣੇ ਯੋਗ ਹੋਵੇ ਉਹਨੂੰ ਜਾਪ ਕਹਿੰਦੇ ਨੇ, ਜਾਂ ਜਾਪ ਕੀ ਹੈ? ਬਾਣੀ ਦਾ ਨਾਮ ਸੰਗਿਆ, ਜਾਂ ਪੁਰਾਣੇ ਸਿੰਘ ਅਕਾਲ ਸਹੰਸਰ ਵੀ ਕਹਿੰਦੇ ਨੇ ਪੁਰਾਤਨ ਸਿੱਖ। ਜਾਂ ਭਾਵ ਅਰਥ ਲਿਆ ਜਾਂਦਾ ਹੈ, ਪਵਿੱਤਰ 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 ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ, ਜਾਪ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਪਵਿੱਤਰ ਉਹ ਕਰ ਸਕਦਾ ਜਿਹੜਾ ਆਪ ਪਵਿੱਤਰ ਹੋਵੇ, ਇਸ ਕਰਕੇ ਜਾਪ ਦਾ ਅਰਥ ਕੀ ਹੋ ਗਿਆ? ਪਵਿੱਤਰ। ਜੇ ਸ਼ਬਦ ਉਲਟੇ ਕਰ ਦਈਏ ਫਿਰ ਪੂਜਨੀਕ, ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਸ਼੍ਰੀ ਸੁਭਾਏਮਾਨ ਸ਼੍ਰੋਮਣੀ ਮੁੱਖ ਚਿਹਰਾ ਹੋ ਗਿਆ, ਵਾਕ ਬਚਨ ਹੋ ਗਏ। ਪਾਤਸ਼ਾਹੀ, ਪਾਤ ਫਾਰਸੀ 'ਚ ਕਹਿੰਦੇ ਰਾਜ ਸਿੰਘਾਸਣ ਨੂੰ, ਸ਼ਾਹ ਕਹਿੰਦੇ ਬਾਦਸ਼ਾਹ ਨੂੰ ਫਾਰਸੀ ਦੇ ਵਿੱਚ, ਪਾਤਸ਼ਾਹੀ
ਗੁਰਮੁਖੀ ਚ ਪਾਤ ਸਾਹੀ ਦਸਵੀ ਸੱਚੀ ਬਾਦਸ਼ਾਹੀ ਕੀ ਹੈ ਗੁਰਤਾ ਗੱਦੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਉਹਨਾਂ ਦੇ ਵਾਕ ਬਚਨ ਹਨ ਬਾਣੀ ਹੈ ਜਿਹੜੇ ਸਰਵ ਸ਼੍ਰੋਮਣੀ ਨੇ ਉਹਨਾਂ ਦੇ ਸੋਹਣੇ ਮੁੱਖ ਤੋਂ ਇਹ ਪ੍ਰਕਾਸ਼ ਹੋਈ ਹੈ ਸਿੱਖਾਂ ਦੇ ਭਲੇ ਵਾਸਤੇ ਸੋ ਅੱਗੇ ਆਉਣ ਵਾਲੇ ਸ਼ਨੀਵਾਰ ਇਸ ਤੋਂ ਅੱਗੇ ਕਥਾ ਆਰੰਭ ਹੋਵੇਗੀ ਪਹਿਲੇ ਛੰਦ ਦੀ ਜਿਸ ਦਾ ਨਾਮ ਹੈ ਛਪੈ ਛੰਦ ਤੋਂ ਪ੍ਰਸਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਲੇਖਕ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।